ਦਾ ਫਿਲਮਸ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਅਸੀਂ ਜਿਨ੍ਹਾਂ ਦੇ ਨਾਲ ਮਿਲਾਨ ਜਾ ਰਹੇ ਨਾ, ਉਹ ਇੱਕ ਐਕਟਰ ਨਹੀਂ ਨੇ, ਬਲਕਿ ਉਹ ਹੈ ਪਲੇਅਰ। ਉਹ ਹੈ ਨੈਸ਼ਨਲ ਲੈਵਲ ਬਾਸਕਟਬਾਲ ਪਲੇਅਰ ਅਤੇ ਸਟੇਟ ਲੈਵਲ ਬੋਕਸਰ। ਮੈਂ ਸਹੀ ਕਹਿ ਰਹੀ ਹਾਂ? ਹਾਂਜੀ ਹਾਂਜੀ ਬਿਲਕੁਲ। ਅਤੇ ਇਹ ਲੋਕ ਥੋੜ੍ਹਾ ਘੱਟ ਜਾਣਦੇ ਨੇ ਕਿ ਤੁਸੀਂ ਪਲੇਅਰ ਹੋ, ਹੈ ਨਾ, ਜ਼ਿਆਦਾ ਹੀ ਜਾਣਦੇ ਨੇ ਕਿ ਤੁਸੀਂ ਐਕਟਰ ਹੋ। ਅੱਛਾ ਬਿਲਕੁਲ, ਯੂ ਆਰ ਰਾਈਟ। ਤੁਸੀਂ ਨੈਗੇਟਿਵ ਕਿਰਦਾਰ, ਜ਼ਿਆਦਾ ਨੈਗੇਟਿਵ ਕਿਰਦਾਰ ਅਸੀਂ ਤੁਹਾਡੇ ਵੇਖੇ ਨੇ, ਅਤੇ ਮਤਲਬ ਕਿ ਕਿਵੇਂ ਸਬਬ ਬਣਿਆ ਬੋਕਸਿੰਗ ਨੂੰ ਛੱਡ ਕੇ, ਬਾਸਕਟਬਾਲ ਨੂੰ ਛੱਡ ਕੇ ਐਕਟਿੰਗ ਕਰੀਅਰ ਦੇ ਵਿੱਚ ਆਉਂਦਾ? ਐਕਚੁਲੀ ਐਕਟਿੰਗ ਕੈਰੀਅਰ ਤਾਂ ਮੇਰਾ ਖੈਰ ਬਚਪਨ ਦਾ ਹੀ ਸੁਪਨਾ ਸੀਗਾ। ਮੈਂ ਸ਼ੁਰੂ ਤੋਂ ਮੈਂ ਸੋਚਿਆ ਸੀ ਕਿ ਐਕਟਰ ਹੀ ਬਣਨਾ। ਇਹ ਤਾਂ ਬੱਚੇ ਇੱਕ ਸਕਿੱਲਸ ਵਿੱਚ ਆਈਆਂ ਵੀ ਚਲੋ ਸਕੂਲ ਟਾਈਮ ਬਾਸਕਟਬਾਲ ਖੇਲਦੇ ਸੀ ਤਾਂ ਅੱਛੇ ਖੇਲਦੇ ਸੀ, ਟੀਮ 'ਚ ਆ ਗਿਆ, ਚਲੋ ਚੱਲਦਾ ਗਿਆ। ਫਿਰ ਬੋਕਸਿੰਗ ਦਾ ਕੀੜਾ ਸੀ, ਬੋਕਸਿੰਗ ਵੀ ਹੋਣੀ ਚਾਹੀਦੀ, ਥੋੜ੍ਹਾ ਹੈਲਦੀ ਹੋਣਾ ਚਾਹੀਦਾ, ਬੰਦਾ ਥੋੜ੍ਹਾ ਹੋਣਾ ਚਾਹੀਦਾ, ਥੋੜ੍ਹੇ ਹੁੰਦਾ ਨਾ ਆਪਣੇ ਜੱਟਾਂ ਦਾ ਵੀ, ਇਸ ਕਰਕੇ ਫਿਰ ਬੋਕਸਿੰਗ ਵੀ ਕਰ ਲਈ ਇਸ ਤਰ੍ਹਾਂ। ਅਤੇ ਉਸ ਤੋਂ ਬਾਅਦ ਫਿਰ ਮੈਂ ਬੰਬੇ ਚਲਾ ਗਿਆ, ਫਿਰ ਮੈਂ ਉੱਥੇ BDS ਕਰਨ ਚਲਾ ਗਿਆ। ਐਕਚੁਲੀ ਆਈ ਐਮ ਡਾਕਟਰ, ਆਈ ਐਮ ਬੈਚਲਰ ਆਫ ਡੈਂਟਲ ਸਰਜਰੀ। ਤੁਸੀਂ, ਮੈਂ ਕਹਿ ਸਕਦੀ ਹਾਂ ਕਿ ਤੁਸੀਂ ਪਰਫੈਕਟ ਪੈਕੇਜ ਹੋ, ਤੁਸੀਂ ਪਲੇਅਰ ਵੀ ਹੋ, ਤੁਸੀਂ ਹੈ ਨਾ ਡਾਕਟਰ ਵੀ ਹੋ ਅਤੇ ਤੁਸੀਂ ਐਕਟਰ ਵੀ ਹੋ। ਜੀ 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 ਜੀ। ਅਤੇ ਇੱਥੇ ਬਹੁਤ ਘੱਟ ਵੇਖਣ ਨੂੰ ਮਿਲਦਾ ਇਹ ਚੀਜ਼, ਹੈ ਨਾ, ਕਿ ਮਤਲਬ ਜਿਹੜੇ ਵੀ ਐਵੇਂ ਮੰਨਿਆ ਜਾਂਦਾ ਕਿ ਜਿਹੜੀ ਐਕਟਿੰਗ ਹੁੰਦੀ ਹੈ, ਹੈ ਨਾ, ਉਹ ਮਤਲਬ ਉਹ ਵਿਹਲਿਆਂ ਦਾ ਕੰਮ ਹੁੰਦੀ ਹੈ, ਇਹ ਮਿਥ ਹੈ, ਹੈ ਨਾ। ਚਾਹੇ ਕੋਈ ਵੀ ਇੰਡਸਟਰੀ ਹੋ, ਉਹ ਇਹ ਮਿਥ ਹੈ ਕਿ ਮਤਲਬ ਤੁਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਐਕਟਿੰਗ ਚੱਲੋ। ਇਹ ਬੜਾ ਭੁਲੇਖਾ ਲੋਕਾਂ ਨੂੰ, ਵੈਸੇ ਵੀ ਐਕਟਿੰਗ ਖਾਲਾ ਜੀ ਦਾ ਬੜਾ ਲੋਕਾਂ ਨੂੰ ਲੱਗਦਾ, ਬਟ ਐਡੀ ਗੱਲ ਨਹੀਂ ਹੈ, ਐਕਟਿੰਗ ਦੇ ਘਰ ਬੜੇ ਦੂਰ ਨੇ। ਹਾਂਜੀ, ਅਤੇ ਇਹ ਵਹਿਮ ਹੀ ਹੈ ਲੋਕਾਂ ਨੂੰ, ਇਹ ਜਦੋਂ ਕਰਨੀ ਪੈਂਦੀ ਹੈ ਫਿਰ ਪਤਾ ਲੱਗਦਾ। ਮਤਲਬ ਉਹੀ ਕਹਿ ਰਹੇ ਹਾਂ ਕਿ ਲੋਕਾਂ ਨੂੰ ਲੱਗਦਾ ਕਿ ਪੜ੍ਹਾਈ ਜ਼ਿਆਦਾ ਔਖੀ ਹੁੰਦੀ ਹੈ ਅਤੇ ਜਿਹੜੀ ਐਕਟਿੰਗ ਹੁੰਦੀ ਹੈ ਉਹ ਸੌਖੀ ਹੁੰਦੀ ਹੈ। ਬੜੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਰੁਝਾਨ ਚੱਲਿਆ ਹੋਇਆ, ਜੇ ਕਿਸੇ ਦਾ ਮੁੰਡਾ ਕੁਛ ਨਹੀਂ ਕਰਦਾ, ਉਹ ਤੂੰ ਕੁਛ ਨਹੀਂ ਕਰਦਾ, ਹੋਰ ਨਹੀਂ ਤਾਂ ਗਾਣਿਆਂ 'ਚ ਮਾਡਲਿੰਗ ਕਰ ਲਾ, ਫਿਲਮਾਂ 'ਚ ਐਕਟਿੰਗ ਕਰ ਲਾ, ਵੀ ਮਤਲਬ ਕਿ ਜੇ ਕੋਈ ਜਿਹੜਾ ਹੋਰ ਕੁਛ ਨਹੀਂ ਕਰਦਾ ਉਹਨੂੰ ਇੱਧਰ ਪਾ ਦਿਓ। ਅਤੇ ਹਰ ਘਰ ਅਤੇ ਹਰ ਘਰੇ ਸਿੰਗਰ ਵੀ ਹੈ, ਸਿੰਗਰ ਵੀ ਆ, ਉਹਨਾਂ ਨੂੰ ਇਹੀ ਲੱਗਦਾ ਕਿ ਇਹ ਤਾਂ ਕੁਛ ਵੀ ਨਹੀਂ ਹੈ, ਜੇ ਹੋਰ ਨਹੀਂ ਕੁਛ ਕਰਦਾ ਬੰਦਾ ਤਾਂ ਚਲੋ ਆਹ ਕਰ ਲਓ, ਅਤੇ ਹਾਲਾਂਕਿ ਸਭ ਤੋਂ ਔਖਾ ਕੰਮ ਹੀ ਇਹ ਹੈ। ਤੁਸੀਂ ਜ਼ਿਆਦਾਤਰ ਨੈਗੇਟਿਵ ਕਿਰਦਾਰ ਕੀਤੇ ਹੋਏ ਆ, ਅਤੇ ਐਵੇਂ ਹੁੰਦਾ ਕਿ ਜਿਹੜਾ ਕੋਈ ਚੰਗਾ ਕਿਰਦਾਰ ਹੁੰਦਾ ਹੈ ਉਹ ਤਦ ਸਕਸੈਸਫੁਲ ਹੁੰਦਾ ਹੈ ਜਦੋਂ ਲੋਕ ਉਸਨੂੰ ਪਿਆਰ ਕਰਦੇ ਆ, ਅਤੇ ਨੈਗੇਟਿਵ ਕਿਰਦਾਰ ਉਦੋਂ ਸਕਸੈਸਫੁਲ ਹੁੰਦਾ ਜਦੋਂ ਲੋਕ ਨਫ਼ਰਤ ਕਰਦੇ। ਜੀ ਬਿਲਕੁਲ ਬਿਲਕੁਲ, ਅਸੀਂ ਕਹਿ ਸਕਦੇ ਕਿ ਤੁਹਾਡੀ ਨਫ਼ਰਤ ਕਰਨ ਨਾਲੇ ਜ਼ਿਆਦਾ ਵੱਧ ਰਹੇ ਨੇ। ਐਗਜੈਕਟਲੀ, ਬਿਲਕੁਲ ਬਿਲਕੁਲ ਠੀਕ ਗੱਲ ਤੁਹਾਡੀ, ਬਟ ਹੁਣ ਕੀ ਹੈ ਕਿ ਆਡੀਅੰਸ ਬੜੀ ਸਮਝਦਾਰ ਹੋ ਗਈ ਹੈ, ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿ ਜਦੋਂ ਜ਼ਮਾਨਾ ਹੁੰਦਾ ਸੀਗਾ ਹੀਰੋ ਅਤੇ ਵਿਲਨ ਦਾ, ਅਮਰੀਸ਼ ਪੁਰੀ ਟਾਈਪ ਹੁੰਦੇ ਸੀ ਜਦੋਂ, ਹੁਣ ਲੋਕ ਬਹੁਤ ਸਮਝਦਾਰ ਹੋ ਗਏ, ਹੁਣ ਲੋਕ ਟੈਲੈਂਟ ਦੇਖਦੇ ਆ, ਦੇਖਦੇ ਕਿਹਦੀ ਕਿੰਨੀ ਵਧੀਆ ਪਰਫਾਰਮੈਂਸ ਹੈ, ਉਹਨੇ ਆਪਦਾ ਕੈਰੈਕਟਰ ਕਿੱਡਾ ਵਧੀਆ ਕਰਿਆ, ਕਿੰਨਾ ਸੀ ਉਸ ਨੂੰ ਗ੍ਰਿਪ ਕੀਤਾ, ਇਹ ਸਾਰੀਆਂ ਚੀਜ਼ਾਂ ਆਡੀਅੰਸ ਦੇਖਦੀ ਆ, ਆਡੀਅੰਸ ਨੂੰ ਐਕਸਪੋਜ਼ਰ ਹੋ ਗਿਆ ਸਿਨੇਮੇ ਦਾ, ਠੀਕ ਹੈ, ਆਡੀਅੰਸ ਸਮਝਣ ਲੱਗ ਗਈ ਆ ਹੁਣ, ਕਿਉਂਕਿ ਅੱਜ ਕੱਲ੍ਹ ਅਵਾਰਡਸ ਵੀ ਦੇਖਦੇ ਆ ਲੋਕ ਵੀ ਕਿਹਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ, ਬੈਸਟ ਵਿਲਨ ਦਾ ਅਵਾਰਡ ਮਿਲਿਆ, ਇਹ ਸਾਰੀਆਂ ਚੀਜ਼ਾਂ ਲੋਕ ਦੇਖਦੇ ਆ ਹੁਣ, ਲੋਕਾਂ ਨੂੰ ਸੈਂਸ ਹੋ ਗਈ ਆ ਫਿਲਮ ਸਿਨੇਮਾ ਦੇਖਣ ਦੀ, ਇਸ ਕਰਕੇ ਹੁਣ ਇਹ ਗੱਲ ਮੈਨੂੰ ਨਹੀਂ ਲੱਗਦਾ ਕਿਤੇ ਮੈਟਰ ਕਰਦੀ ਆ, ਕਿਉਂਕਿ ਅੱਜ ਕੱਲ੍ਹ ਵੱਡੇ ਵੱਡੇ ਹੀਰੋ ਆ ਜਿਹੜੇ ਉਹ ਵੀ ਨੈਗੇਟਿਵ ਕਰਨਾ ਕੋਸ਼ਿਸ਼ ਕਰਦੇ, ਕਿਉਂਕਿ ਨੈਗੇਟਿਵ ਦੇ ਵਿੱਚ ਕੀ ਹੁੰਦਾ, ਨੈਗੇਟਿਵ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਚੀਜ਼ਾਂ ਖੁੱਲ੍ਹ ਕੇ ਮਿਲਦੀਆਂ, ਤੁਹਾਨੂੰ ਖੁੱਲ੍ਹੀ ਪਰਫਾਰਮੈਂਸ ਮਿਲਦੀ ਆ, ਤੁਹਾਨੂੰ ਬੰਨਿਆ ਨਹੀਂ ਜਾਂਦਾ, ਖੁੱਲ੍ਹਾ ਛੱਡ ਦਿੱਤਾ ਜਾਂਦਾ, ਕਿਉਂਕਿ ਉਹਦਾ ਕੋਈ ਦਾਇਰਾ ਹੀ ਨਹੀਂ ਹੈ, ਇਸ ਕਰਕੇ ਇਹ ਜ਼ਿਆਦਾ ਥੋੜ੍ਹਾ ਉਹ ਹੋ ਜਾਂਦਾ ਹੈਗਾ ਆਪਣੀ ਟੈਲੈਂਟ ਨੂੰ ਸ਼ੋਅ ਕਰਨ ਵਾਸਤੇ, ਨੈਗੇਟਿਵ ਕੈਰੈਕਟਰ ਜਿਹੜੇ ਆ ਕਿ ਉਹ ਈਜ਼ੀ ਅਪਰੋਚ ਆ। ਅੱਛਾ, ਨੈਗੇਟਿਵ ਮਤਲਬ ਕਿ ਐਵੇਂ ਹੁੰਦਾ ਹੈ ਕਿ ਜਿਹੜੇ ਨੈਗੇਟਿਵ ਕੈਰੈਕਟਰਸ ਹੁੰਦੇ ਨੇ ਉਹ ਜ਼ਿਆਦਾ ਔਖੇ ਹੁੰਦੇ ਨੇ ਜਾਂ ਜਿਹੜੇ ਔਖੇ? ਬਿਲਕੁਲ ਔਖੇ ਹੁੰਦੇ ਨੇ, ਕੈਰੈਕਟਰ ਕਰਨੇ ਬਹੁਤ ਔਖਾ ਹੁੰਦਾ ਜੀ, ਇੱਕ ਤੁਸੀਂ ਬੁਰੀ ਚੀਜ਼ ਨੂੰ ਪੋਰਟਰੇ ਕਰਨਾ ਕਿੰਨਾ ਔਖਾ ਜਾਂਦਾ ਹੈ ਨਾ। ਜ਼ਿੰਦਗੀ ਜ਼ਿੰਦਾਬਾਦ ਦੇ ਵਿੱਚ ਤੁਹਾਡਾ ਇੱਕ ਪੋਜ਼ਿਟਿਵ ਰੋਲ ਹੈ, ਨੈਗੇਟਿਵ ਰੋਲ ਕਰ ਕਰਕੇ ਅੱਕ ਚੁੱਕੇ ਸੀ ਜਿਹੜੇ ਪੋਜ਼ਿਟਿਵ ਰੋਲ ਦੇ ਵਿੱਚ ਆਏ? ਇਦਾਂ ਦੀ ਕੋਈ ਗੱਲ ਨਹੀਂ ਹੈ, ਮੈਂ ਨਹੀਂ ਆਖਿਆ, ਮੈਨੂੰ ਜਮਾਂ ਦੀ ਜ਼ਿਆਦਾ ਵਧੀਆ ਲੱਗਦੇ ਨੇ ਉਹ ਵੀ, ਹਲੇ ਵੀ ਮੈਂ, ਕਿਉਂਕਿ ਮੇਰੀ ਪਹਿਚਾਣ ਹੀ ਉਹਨਾਂ ਨੇ ਬਣਾਈ ਹੈ, ਅਤੇ ਉਹ ਜਿਵੇਂ ਜਿਵੇਂ ਮੈਂ ਗਰੋ ਕਰ ਰਿਹਾ, ਇੰਪਰੂਵ ਕਰ ਰਿਹਾ, ਉਵੇਂ ਉਵੇਂ ਲੋਕ ਮੇਰੇ 'ਤੇ ਭਰੋਸਾ ਕਰ ਰਹੇ ਨੇ, ਤਾਂ ਮੈਨੂੰ ਹੋਰ ਅੱਛੇ ਅੱਛੇ ਕੈਰੈਕਟਰ ਦੇ ਰਹੇ ਨੇ। ਆਉਣ ਵਾਲੇ ਜ਼ਮਾਨੇ ਦੇ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਮੈਨੂੰ ਐਜ਼ ਅ ਸੋਲੋ ਹੀਰੋ ਵੀ ਦੇਖੋਗੇ। ਹਾਂਜੀ, ਅਤੇ ਇਹ ਕਦੋਂ ਨੈਕਸਟ ਮੇਰੇ ਇੱਦੂ ਬਾਅਦ ਸ਼ੁਰੂ ਹੋ ਰਹੀ ਹੈ ਫਿਲਮ? ਹਾਂਜੀ, ਅਤੇ ਮਤਲਬ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਨ ਲੱਗ ਜਾਂਦੇ ਜਦੋਂ ਤੁਸੀਂ ਐਜ਼ ਅ ਐਕਟਰ ਗਰੋ ਕਰਦੇ ਹੋ, ਤੁਸੀਂ ਐਜ਼ ਅ ਐਕਟਰ ਐਸਟੈਬਲਿਸ਼ ਹੋ ਜਾਂਦੇ ਹੋ, ਫਿਰ ਲੋਕ ਤੁਹਾਡੇ 'ਤੇ ਫਿਲਮਾਂ ਛੱਡਦੇ ਆ ਵੀ ਹਾਂ ਹੀ ਕੈਨ ਕੈਰੀ ਆ ਫਿਲਮ। ਅਤੇ ਅੱਜ ਜਿਹੜੀ ਮੂਵੀ ਦੀ ਅਨਾਊਂਸਮੈਂਟ ਹੋਈ ਹੈ ਗੁਰਮੁਖ, ਉਸ ਵਿੱਚ ਕਿਵੇਂ ਦਾ ਰੋਲ ਹੋਏਗਾ ਤੁਹਾਡਾ? ਉਹਦੇ 'ਚ ਮੇਰਾ ਇੱਕ ਗ੍ਰੇ ਸ਼ੇਡਡ ਕੈਰੈਕਟਰ, ਬੜਾ ਸ਼ਰਾਰਤੀ ਜਿਹਾ ਕੈਰੈਕਟਰ ਆ, ਉਹ 'ਚ ਬੜੇ ਅੱਛੇ ਡਾਇਲੋਗਸ ਨੇ, ਕਾਫੀ ਹੈਵੀ ਡਾਇਲੋਗਸ ਨੇ ਜਿਹੜੇ ਕਿ ਤੁਹਾਨੂੰ ਮਿਲਣਗੇ ਤੁਹਾਨੂੰ, ਔਰ ਬਹੁਤ ਐਂਟਰਟੇਨਿੰਗ ਨੇ, ਔਰ ਲੋਕ ਮੈਨੂੰ ਪਸੰਦ ਹੀ ਮੇਰੇ ਡਾਇਲੋਗਸ ਕਰਕੇ ਕਰਦੇ ਆ। ਜੀ, ਅਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਪੜ੍ਹਾਈ ਇੰਪੋਰਟੈਂਟ ਹੈ, ਖੇਡਾਂ ਇੰਪੋਰਟੈਂਟ ਹੈ, ਐਕਟਿੰਗ ਇੰਪੋਰਟੈਂਟ ਹੈ, ਕੀ ਇੰਪੋਰਟੈਂਟ ਹੈ? ਨਹੀਂ ਨਹੀਂ, ਸਭ ਕੁਝ ਇੰਪੋਰਟੈਂਟ ਹੈ, ਸਭ ਤੋਂ ਪਹਿਲਾਂ ਪੜ੍ਹਾਈ, ਅਗਰ ਪੜ੍ਹੋਗੇ ਤਾਂ ਐਕਸਪੋਜ਼ ਹੋਵੋਗੇ, ਫਿਰ ਸਪੋਰਟਸ ਵੀ ਬਹੁਤ ਇੰਪੋਰਟੈਂਟ ਨੇ, ਕਿਉਂਕਿ ਹੈਲਦੀ ਬੋਡੀ ਵਿਦ ਅ ਸਾਊਂਡ ਮਾਈਂਡ, ਠੀਕ ਹੈ ਕਿ ਨਹੀਂ,
ਮਤਲਬ ਕਿ ਇਹ ਭੁਲੇਖਾ ਆ ਜਿਹੜਾ ਭੁਲੇਖਾ ਪਿਆ ਹੋਇਆ ਲੋਕਾਂ ਨੂੰ ਕਿ ਜਿਹੜੀ ਐਕਟਿੰਗ ਹੁੰਦੀ ਹੈ ਸਿੰਗਿੰਗ ਹੁੰਦੀ ਹੈ ਇਹ ਇਸ 'ਚ ਕੋਈ ਮਿਹਨਤ ਨਹੀਂ ਹੁੰਦੀ ਉਹ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਤੋੜਨ ਜਾ ਰਹੇ ਹੋ ਕਿਉਂਕਿ ਤੁਸੀਂ ਪੜ੍ਹਾਈ ਵੀ ਕੀਤੀ ਹੋਈ ਹੈ ਡਾਕਟਰੀ ਵੀ ਕੀਤੀ ਹੋਈ ਹੈ ਹੈ ਨਾ ਉਸ ਤੋਂ ਬਾਅਦ ਤੁਸੀਂ ਸਪੋਰਟਸ 'ਚ ਵਿੱਚ ਔਰ ਤੁਸੀਂ ਐਕਟਿੰਗ ਦੇ ਵਿੱਚ ਵੀ ਆਪਣਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਐਕਟਿੰਗ ਦੇ ਵਿੱਚ ਹੈਲਪ ਕਰਦੀਆਂ ਬਹੁਤ ਹੈਲਪ ਕਰਦੀਆਂ ਤੁਹਾਨੂੰ ਐਕਸਪੋਜ਼ ਕਰਦੀਆਂ ਇਹ ਬਟ ਸਟੱਡੀ ਬਹੁਤ ਜ਼ਰੂਰੀ ਹੈ ਪਹਿਲਾਂ ਪੜ੍ਹਾਈ ਕਰੋ ਫਿਰ ਤੁਸੀਂ ਆਪਦਾ ਜੋ ਵੀ ਕਰਨਾ ਸਪੋਰਟਸ ਵੀ ਰੱਖੋ ਨਾਲ ਨਾਲ ਸਕੂਲ ਟਾਈਮ ਤੁਸੀਂ ਸਪੋਰਟਸ ਕਰਦੇ ਰਹੋਗੇ ਤਾਂ ਲੌਂਗ ਰਨ 'ਚ ਤੁਹਾਡੇ ਬਹੁਤ ਕੰਮ ਆਉਂਦੀ ਹੈ ਸਪੋਰਟਸ ਅਤੇ ਉਦੋਂ ਬਾਅਦ ਤੁਸੀਂ ਆਪਦੇ ਕਿਹੜੇ ਕੈਰੀਅਰ 'ਚ ਜਾਣਾ ਉਹਦੇ ਬਾਰੇ ਪੂਰੀ ਤਿਆਰੀ ਕਰਕੇ ਜਾਓ ਜੇ ਅਗਰ ਤੁਸੀਂ ਐਕਟਰ ਵੀ ਬਣਨਾ ਤਾਂ ਉਹਦੀ ਪੂਰੀ ਤਿਆਰੀ ਕਰਕੇ ਆਓ ਇਹ ਨਹੀਂ ਹੈ ਕਿ ਚਲੋ ਜੀ ਤੁਹਾਡੇ ਤੋਂ ਹੁਣ ਸਟੱਡੀ ਨਹੀਂ ਹੋਈ ਤੁਸੀਂ ਉੱਧਰ ਫੇਲ ਹੋਗੇ ਜਾਂ ਹੋਰ ਕਿਤੇ ਫੇਲ ਹੋਗੇ ਜਾਂ ਬਿਜ਼ਨਸ ਫੇਲ ਹੋਗੇ ਚਲੋ ਹੁਣ ਫਿਲਮਾਂ 'ਚ ਆ ਜਾਓ ਇਟਸ ਨੋਟ ਲਾਈਕ ਦੈਟ ਇਟਸ ਨੋਟ ਏ ਈਜ਼ੀ ਜੋਬ ਫਿਲਮਾਂ ਦੇ ਘਰ ਬਹੁਤ ਦੂਰ ਨੇ ਐਕਟਿੰਗ ਦੇ ਡਾਇਰੈਕਸ਼ਨ ਦੇ ਹਰ ਚੀਜ਼ ਦੇ ਘਰ ਬਹੁਤ ਦੂਰ ਨੇ ਇਹਨੂੰ ਤੁਸੀਂ ਪੂਰੀ ਤਿਆਰੀ ਕਰਕੇ ਆਓ ਅਗਰ ਆਉਣਾ ਆਲ ਦਾ ਵੈਰੀ ਬੈਸਟ ਯੂ ਥੈਂਕ ਯੂ ਸੋ ਮਚ ਇਸੇ ਸਾਡੇ ਨਾਲ ਯਾਦ ਗਰੇਵਾਲ ਅਤੇ ਇਹਨਾਂ ਨੇ ਦੱਸਿਆ ਹੈ ਕਿ ਪੜ੍ਹਾਈ ਵੀ ਇੰਪੋਰਟੈਂਟ ਹੈ ਸਪੋਰਟਸ ਵੀ ਇੰਪੋਰਟੈਂਟ ਹੈ ਅਤੇ ਸਾਰੀ ਚੀਜ਼ਾਂ ਇੰਪੋਰਟੈਂਟ ਨੇ ਅਤੇ ਐਕਟਿੰਗ ਜਦੋਂ ਤੁਸੀਂ ਕਰਨੀ ਹੈ ਤਾਂ ਪੂਰੀ ਪ੍ਰਿਪਰੇਸ਼ਨ ਦੇ ਨਾਲ ਜਾਓ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ